ਗੁੱਡ ਆਫਟਰਨੂਨ ਟੂ ਆਲ ਆਫ ਯੂ। ਸਵਾਗਤ ਹੈ ਤੁਹਾਡਾ ਸਭ ਦਾ ਇੱਕ ਵਾਰ ਫਿਰ ਆਪਣੇ ਅਫੀਸ਼ੀਅਲ ਯੂਟਿਊਬ ਚੈਨਲ ਲਰਨ ਮਾਈਲ ਦੇ ਵਿੱਚ। ਕਿਵੇਂ ਹੋ ਜੀ ਸਾਰੇ? ਸਭ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੋ ਮੋਸਟ ਵੈਲਕਮ ਹੈ ਜੀ ਸਭ ਦਾ ਆਪਣੇ ਅਫੀਸ਼ੀਅਲ ਯੂਟਿਊਬ ਚੈਨਲ 'ਤੇ। ਸੋ ਜਿਨ੍ਹਾਂ ਨੇ ਹਾਲੇ ਤੱਕ ਆਪਣੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਨਹੀਂ ਕੀਤਾ ਉਹ ਜ਼ਰੂਰ ਆਪਣੇ ਚੈਨਲ ਨੂੰ ਜੋ ਹੈ ਵੱਧ ਤੋਂ ਵੱਧ ਸ਼ੇਅਰ ਕਰ ਦਿਉ ਤਾਂ ਕਿ ਜੋ ਅਥੈਂਟਿਕ ਇਨਫੋਰਮੇਸ਼ਨ ਹੈ ਤੁਹਾਨੂੰ ਮਿਲਦੀ ਰਹੇ। ਅਤੇ ਨਾਲ ਹੀ ਸਾਡੇ ਵਟਸਐਪ ਚੈਨਲ ਟੈਲੀਗ੍ਰਾਮ ਗਰੁੱਪ 'ਤੇ ਵੀ ਤੁਸੀਂ ਜਿਹੜਾ ਹੈ ਜੁਆਇਨ ਕਰ ਸਕਦੇ ਹੋ ਤਾਂ ਕਿ ਤੁਹਾਨੂੰ ਜੋ ਵੀ ਨੋਟੀਫਿਕੇਸ਼ਨ ਹੈ ਉਹ ਮਿਲਦੀਆਂ ਰਹਿਣ। ਠੀਕ ਹੈ। ਸੋ ਜਿਵੇਂ ਕਿ ਮੈਂ ਤੁਹਾਨੂੰ ਕਿਹਾ ਸੀਗਾ ਕਿ ਮੈਂ ਅਗਲੀ ਵੀਡੀਓ ਤੁਹਾਡੇ ਡਾਊਟਸ 'ਤੇ ਲੈ ਕੇ ਆਊਂਗੀ ਤਾਂ ਤੁਸੀਂ ਬਹੁਤ ਸਾਰੇ ਕਮੈਂਟ ਕੀਤੇ ਤਾਂ ਮੈਂ ਚਾਹੁੰਦੀ ਹਾਂ ਕਿ ਤੁਸੀਂ ਇਸ ਤਰ੍ਹਾਂ ਹੀ ਕਮੈਂਟਸ ਕਰਦੇ ਰਹੋ, ਡਾਊਟ ਹੈ ਜਿਹੜੇ ਉਹਦੇ ਪੁੱਛਦੇ ਰਹੋ, ਤਾਂ ਮੈਂ ਕੋਸ਼ਿਸ਼ ਕਰਾਂਗੀ ਕਿ ਤੁਹਾਡੇ ਜਿਹੜੇ ਡਾਊਟ ਹੈ ਉਹ ਪਿੱਕ ਕਰਨ ਦੇ। ਸਿਮਰਨ ਜੀ ਦਾ, ਸਿਮਰਨ ਕੌਰ ਜੀ ਦਾ ਇੱਕ ਕੁਸ਼ਚਨ, ਮੈਮ ਉਹਨਾਂ ਨੂੰ ਤਾਂ ਦੇ ਰਹੇ ਨਿਯੁਕਤੀ ਪੱਤਰ ਪਰ ਸਾਨੂੰ ਹੀ ਚੋਣ ਜ਼ਾਬਤਾ ਦਾ ਪ੍ਰਭਾਵ ਕਿਉਂ ਹੈ? ਬਿਲਕੁਲ ਜੀ, ਇਹ ਸਾਰਿਆਂ ਦੇ ਮਨਾਂ ਦੇ ਵਿੱਚ ਡਾਊਟ ਆਉਂਦਾ ਕਿ ਸਾਡੇ ਵੇਲੇ ਹੀ ਕਿਉਂ ਚੋਣ ਜ਼ਾਬਤਾ, ਪਰ ਸ਼ਾਇਦ ਉਹਨਾਂ ਨੇ ਚਾਰ ਹਲਕੇ ਮਤਲਬ ਕਿ ਛੱਡੇ ਆ ਜਿਨ੍ਹਾਂ ਜਿਨ੍ਹਾਂ 'ਚ ਜ਼ਿਮਨੀ ਚੋਣਾਂ ਹੈ। ਬਟ ਬਾਈ ਦ ਵੇ ਜੋ ਵੀ ਹੈ ਆਪਾਂ ਨੂੰ ਵੀ ਜ਼ਰੂਰ ਜੁਆਇਨਿੰਗ ਮਿਲੂਗੀ। ਹਾਂ, ਕਿਤੇ ਨਾ ਕਿਤੇ ਫੀਲ ਜ਼ਰੂਰ ਹੁੰਦਾ ਕਿ ਆਪਣੀ ਵੀ ਭਰਤੀ ਜਿਹੜੀ ਹੈ ਬਹੁਤ ਟਾਈਮ ਤੋਂ ਸਟੱਕ ਹੈ, ਪਰ ਹੁਣ ਦੇਖੋ ਪੰਜਾਬ ਪੁਲਿਸ ਵਾਲਿਆਂ ਨੂੰ ਤਾਂ ਕੱਲ੍ਹ ਮਿਲ ਚੁੱਕਿਆ ਨਿਯੁਕਤੀ ਪੱਤਰ, ਤਾਂ ਬਸ ਇਹੀ ਦੁਆ ਕਰੋ ਕਿ ਆਪਣਾ ਟਾਈਮ ਵੀ ਜਲਦ ਆਵੇ। ਠੀਕ ਹੈ ਜੀ। ਅਨੁਸ਼ਪ੍ਰੀਤ ਕੌਰ ਜੀ ਨੇ ਕੀ ਕਿਹਾ ਹੈਗਾ, ਬੈਕਲੌਗ ਅਤੇ ਸੈਕਿੰਡ ਲਿਸਟ ਦਾ ਕੀ ਕਸੂਰ ਹੈ? ਪੇਪਰ ਨੂੰ ਪੜ੍ਹ ਕੇ ਪੈਸਾ ਵੀ ਲਾਇਆ। ਮਤਲਬ ਦੇਖੋ ਉਹ ਕਹਿੰਦੇ ਵੀ ਉਹਨਾਂ ਦਾ ਇੱਕ ਸਵਾਲ ਹੈ ਵੀ ਬੈਕਲੌਗ 'ਤੇ ਜਿਹੜੇ ਮਤਲਬ ਜਿਨ੍ਹਾਂ ਦਾ ਥੋੜ੍ਹੇ ਜਿਹੇ ਨੰਬਰ ਘੱਟ ਹੈ, ਦੇਖੋ ਕਸੂਰ ਕਿਸੇ ਦਾ ਨਹੀਂ ਹੈਗਾ, ਸਾਰੇ ਇੱਕੋ ਜਿਹੇ ਹੈ। ਕਿਸੇ ਦਾ ਇੱਕ ਨੰਬਰ ਵੱਧ ਹੈ ਤਾਂ ਕਿਸੇ ਦਾ ਇੱਕ ਦੋ ਨੰਬਰ ਘੱਟ ਹੈ, ਕਿਸੇ ਦਾ ਕਸੂਰ ਨਹੀਂ ਹੈ ਜੀ। ਤੁਸੀਂ ਵੀ ਆਪਦੀ ਮਿਹਨਤ ਜਾਰੀ ਰੱਖੋ, ਕੀ ਕਹਿੰਦੇ ਹੁੰਦੇ ਉਹ, ਅਸੀਂ ਜਿੱਤਾਂਗੇ ਜ਼ਰੂਰ, ਜੰਗ ਜਾਰੀ ਰੱਖਿਓ। ਬਸ ਇਹਨਾਂ ਦੀ ਜੁਆਇਨਿੰਗ ਵੇਲੇ ਅਗਲੇ ਸਾਲ ਤੱਕ ਤੁਹਾਡਾ ਵੀ ਜ਼ਰੂਰ ਨੰਬਰ ਆਊਗਾ। ਆਪਾਂ ਭਰਤੀ ਖਾਣ ਤਾਂ ਦੇਣੀ ਨਹੀਂ ਕਿਸੇ ਨੂੰ ਵੀ, ਸਰਕਾਰ ਨੂੰ ਵੀ ਨਹੀਂ, ਡਿਪਾਰਟਮੈਂਟ ਨੂੰ ਵੀ। ਉਹਨਾਂ 'ਤੇ ਪ੍ਰੈਸ਼ਰ ਬਣਾਇਆ ਜਾਵੇ ਕਿ ਜਿਹੜੀ ਵੀ ਆਪਣੀਆਂ 29-94 ਬੈਕਲੌਗ ਹੈ ਜਾਂ ਦੂਜੀਆਂ ਲਿਸਟਾਂ ਵਾਲੇ ਹੈ, ਉਹ ਵੀ ਜਿਵੇਂ ਪ੍ਰੋਸੈਸ ਚੱਲਦਾ ਰਿਹਾ ਤਾਂ ਉਹ ਵੀ ਨਾਲ ਨਾਲ ਜਿਹੜਾ ਹੈ ਚੱਲੀ ਜਾਊਗਾ। ਤਾਂ ਤੁਸੀਂ ਹੌਸਲਾ ਨਾ ਹਾਰੋ, ਠੀਕ ਹੈ। ਅਤੇ ਬਾਕੀ ਇਹ ਹੈ ਵੀ ਕੇਸ ਕੂਸ ਬੰਨੇ ਤਾਂ ਨਾ ਹੀ ਭੱਜੋ, ਤਾਂ ਬਸ ਮੈਂ ਇੰਨੀ ਹੀ ਕਹੂੰਗੀ, ਬਾਕੀ ਤੁਸੀਂ ਖੁਦ ਸਿਆਣੇ ਹੋ। ਮਨਦੀਪ ਕੌਰ ਜੀ ਦਾ ਹੈ, ਮੈਮ ਜੀ ਸਾਨੂੰ ਤੁਸੀਂ ਦੱਸੋ ਕਿ ਜਰਨਲ ਵਾਲੇ ਨੂੰ ਕਿੰਨੇ ਮਾਰਕਸ ਵਾਲੇ ਨੁਕਸਾਨ ਹੋਏਗਾ ਪਲੀਜ਼? ਦੇਖੋ ਜੀ, ਨੁਕਸਾਨ ਤਾਂ ਐਜ਼ ਇਟ ਇਜ਼ ਕਿਸੇ ਨੂੰ ਵੀ ਨਹੀਂ ਹੋਇਆ, ਹਜੇ 132 ਵਾਲੇ ਵਿਦ ਹੈਲਡ ਰੱਖੇ ਹੋਏ ਨੇ, ਤਾਂ ਹੋਪਸ ਅਗਲੇ ਹਫ਼ਤੇ ਤੱਕ ਉਹਨਾਂ ਦਾ ਵੀ ਜਿਹੜਾ ਹੈਗਾ ਮਤਲਬ ਜਿਹੜਾ ਹੁਣ ਆਉਣ ਵਾਲੇ ਮੰਡੇ ਤੋਂ ਬਾਅਦ ਜਿਹੜਾ ਹੈ ਉਹਨਾਂ ਨੂੰ ਵੀ ਪੋਰਟਲ ਜਿਹੜਾ ਖੁੱਲ੍ਹਣ ਦਾ ਦਿਖੇਗਾ। ਨੈਕਸਟ ਹੈ ਜੀ ਰਕੇਸ਼ ਕੁਮਾਰ ਚੌਧਰੀ ਜੀ, ਗੁੱਡ ਇਨਫੋਰਮੇਸ਼ਨ, ਥੈਂਕ ਯੂ ਸੋ ਮੱਚ। ਦੀਪ ਲਰਨਿੰਗ, BC ਓਪਨ 132 ਦਾ ਹੋ ਜੂ ਨੈਕਸਟ ਵੀਕ 'ਚ? ਹਾਂਜੀ, ਉਮੀਦ ਪੂਰੀ ਹੈ ਸਭ ਦਾ ਹੋ ਜਾਏਗਾ 132 ਵਾਲੇ ਸਾਰੇ ਜਿਹੜੇ ਹੈਗੇ ਆ, ਕਿਉਂਕਿ ਇੱਦਾਂ ਨਹੀਂ ਨਾ ਹੋ ਸਕਦਾ ਵੀ ਜਿਹੜੇ ਲੋਅ ਮਾਰਕਸ ਵਾਲੇ ਹੈ ਪਹਿਲਾਂ ਉਹਨਾਂ ਨੂੰ ਜੁਆਇਨਿੰਗ ਮਿਲ ਜਾਏ, ਨਹੀਂ ਜੀ ਇੱਦਾਂ ਨਹੀਂ ਪੋਸੀਬਲ ਹੈ, ਤਾਂ ਤੁਹਾਡਾ ਵੀ ਹੋ ਜਾਏਗਾ। ਮੈਂ ਕਹਿ ਰਹੀ ਹਾਂ ਜਿਹੜਾ ਹਫ਼ਤਾ ਹੈਗਾ ਜਿਹੜੇ ਵਿਦ ਹੈਲਡ ਰੱਖਿਆ ਸਭ ਦਾ ਕੰਮ ਹੋ ਜਾਏਗਾ। ਪ੍ਰਿਅੰਕਾ ਕੰਬੋਜ ਜੀ ਦਾ ਮੈਸੇਜ ਹੈ, ਮੈਮ ਬੈਕਲੌਗ ਬਾਰੇ ਦੱਸੋ ਕਦ ਤੱਕ ਡੀ ਰਿਜ਼ਰਵ ਹੋ ਸਕਦੀਆਂ? ਦੇਖੋ ਜੀ, ਜਦੋਂ ਤੱਕ ਫਸਟ ਲਿਸਟ, ਸੈਕਿੰਡ ਲਿਸਟ, ਥਰਡ ਲਿਸਟ ਜੁਆਇਨ ਕਰਦੀ ਹੈ ਉਨੇ ਦੇਰ ਤੱਕ ਜਿਹੜਾ ਬੈਕਲੌਗ ਹੈਗਾ ਉਸ ਤੋਂ ਬਾਅਦ ਜਿਹੜਾ ਉਹ ਬੈਕਲੌਗ ਡੀ ਰਿਜ਼ਰਵ ਜ਼ਰੂਰ ਹੋਏਗਾ। ਜੋਤ ਜੀ ਦਾ ਮੈਸੇਜ ਹੈ, ਸਤਿ ਸ਼੍ਰੀ ਅਕਾਲ ਮੈਮ, ਸਤਿ ਸ਼੍ਰੀ ਅਕਾਲ ਜੀ। ਮੈਮ ਸੈਕਿੰਡ ਲਿਸਟ ਦਾ ਦੱਸ ਦਿਓ ਜੀ, SC ਕੈਟਾਗਰੀ 'ਚ ਕਿੰਨੇ ਮਾਰਕਸ ਦੀ ਕੱਟ ਆਫ ਰਹੇਗੀ? ਦੇਖੋ ਇਹਦੇ ਬਾਰੇ ਦੱਸਣਾ ਹਾਲੇ ਪੋਸੀਬਲ ਨਹੀਂ ਹੈ, ਜਿਵੇਂ ਜਿਵੇਂ ਹੁਣ ਲਿਸਟਾਂ ਆਉਂਦੀਆਂ ਹੈ ਉਵੇਂ ਉਵੇਂ ਜਿਹੜਾ ਹੈ ਤੁਹਾਨੂੰ ਇਨਫੋਰਮੇਸ਼ਨ ਦਿੱਤੀ ਜਾਊਗੀ। ਠੀਕ ਹੈ, ਤਾਂ ਬਸ ਥੋੜ੍ਹਾ ਜਿਹਾ ਸਬਰ ਰੱਖੋ, ਹੁਣ ਜਿਵੇਂ ਜਿਵੇਂ ਜੁਆਇਨਿੰਗ ਹੋਈ ਜਾਊਗੀ ਮੈਂ ਤੁਹਾਨੂੰ ਨਾਲ ਨਾਲ ਕੱਟ ਆਫ ਦੀ ਜਿਹੜੀ ਵੀਡੀਓ ਜ਼ਰੂਰ ਬਣਾ ਦੂੰਗੇ। ਹਾਂਜੀ, ਇਹ ਸੀਗੇ ਜੀ ਤੁਹਾਡੇ ਡਾਊਟਸ, ਇਹ ਤਾਂ ਕੁਛ ਕੁ ਡਾਊਟ ਸੀਗੇ, ਬਾਕੀ ਤੁਸੀਂ ਜਿਨ੍ਹਾਂ ਦੇ ਰਹਿ ਗਏ ਉਹ ਕੋਸ਼ਿਸ਼ ਕਰਿਆ ਜੀ ਆਪਣੀ ਇਸ ਵੀਡੀਓ ਦੇ ਥੱਲੇ ਆਪਣੇ ਡਾਊਟਸ ਪੁੱਛਣ ਦੀ, ਜਿਨ੍ਹਾਂ ਦਾ ਰਹਿ ਜੇ ਆਮ ਸੋ ਸੋਰੀ, ਬਟ ਮੈਂ ਆਲਮੋਸਟ ਸਭ ਦਾ ਰੀਡ ਕਰੂੰਗੀ ਅਤੇ ਜੋ ਵੀ ਹੋਇਆ ਮੈਂ ਤੁਹਾਨੂੰ ਜਿਹੜਾ ਰਿਪਲਾਈ ਜ਼ਰੂਰ ਕਰੂੰਗੀ। ਹਾਂਜੀ, ਜੁਆਇਨਿੰਗ ਦੀ ਅਪਡੇਟ, ਦੇਖੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕੱਲ੍ਹ ਦੀ ਜੋ ਜੁਆਇਨਿੰਗ ਹੋਈ ਹੈ ਪੰਜਾਬ ਪੁਲਿਸ ਕਾਂਸਟੇਬਲ ਵਾਲਿਆਂ ਦੀ, ਹੈ ਨਾ,
ਤਾਂ ਉਹਨਾਂ ਦੀ ਵੈਸੇ 24-30 ਦਾ ਰਿਟਰਨ ਦੇ ਵਿੱਚ ਉਹਨਾਂ ਨੂੰ ਦਿੱਤਾ ਸੀ, ਪਰ ਉਹਨਾਂ ਦੀ ਦੇਖੋ ਹਫ਼ਤਾ ਪਹਿਲਾਂ ਹੀ ਉਹਨਾਂ ਨੂੰ ਜੁਆਇਨ ਕਰਵਾਤਾ, ਹੈ ਨਾ। ਤਾਂ ਆਪਾਂ ਨੂੰ ਵੀ ਚਾਹੀਦਾ, ਹੈ ਨਾ, ਆਪਣਾ ਵੀ ਸਭ ਦਾ ਸੁਪਨਾ ਹੁੰਦਾ। ਦੇਖੋ ਇੱਦਾਂ ਦੀ ਗੱਲ ਨਹੀਂ ਹੈ, ਸਭ ਨੂੰ ਐਵੇਂ ਹੁੰਦਾ ਸੀ ਵੀ ਜੁਆਇਨ ਕਰੀਏ, ਉਹ ਚਿਹਰੇ 'ਤੇ ਨਾ ਖੁਸ਼ੀ ਅਲੱਗ ਹੀ ਹੋਊਗੀ ਜਿਸ ਦਿਨ ਆਪਾਂ ਜੁਆਇਨ ਕਰਾਂਗੇ ਸਾਰੇ 99 ਵਾਲੇ, ਜਿਨ੍ਹਾਂ ਦਾ ਹੁਣ ਸਟੇਸ਼ਨ ਪੋਰਟਲ ਖੁੱਲਿਆ ਜਾਂ ਹੁਣ ਅਗਲੇ ਹਫ਼ਤੇ ਖੁੱਲੂਗਾ, ਉਹਨਾਂ ਨੂੰ ਤਾਂ ਜੁਆਇਨ ਇਹਨਾਂ ਨੂੰ ਕਰਾਉਣਾ ਹੀ ਪਊਗਾ, ਭਾਵੇਂ ਨਵੰਬਰ ਦੇ ਲਾਸਟ ਤੱਕ ਅਤੇ ਭਾਵੇਂ ਦਸੰਬਰ ਦੇ ਫਸਟ ਵੀਕ। ਤਾਂ ਆਪਾਂ ਪ੍ਰੈਸ਼ਰ ਬਣਾਉਣਾ, ਅਗਲੀਆਂ ਵੋਟਾਂ ਦਾ ਇੰਤਜ਼ਾਰ ਤਾਂ ਬਿਲਕੁਲ ਨਹੀਂ ਕਰਨਾ, ਜਲਦੀ ਤੋਂ ਜਲਦੀ ਆਪਦਾ ਕੰਮ ਕਰਵਾਉਣਾ, ਕਿਉਂਕਿ ਦੇਖੋ ਜੁਆਇਨਿੰਗ ਜਿਹੜੀ ਹੈ ਨਾ ਉਹ ਨਹੀਂ ਹੋ ਸਕਦੀ ਹੁੰਦੀ ਚੋਣ ਜਾਬਤਾ 'ਚ, ਪਰ ਹੁਣ ਚੋਣ ਜਾਬਤਾ ਹਟ ਜੂਗਾ, 23 ਤੋਂ ਬਾਅਦ ਹਟ ਜੂਗਾ ਚੋਣ ਜਾਬਤਾ, ਫਿਰ ਜਿਹੜੀ ਹੈ ਆਪਾਂ ਪ੍ਰੈਸ਼ਰ ਬਣਾਉਣਾ ਵੀ ਸਾਨੂੰ ਵੀ ਜਿਹੜਾ ਹੈਗਾ ਹੁਣ ਜੁਆਇਨ ਕਰਵਾਇਆ ਜਾਵੇ। ਇਹਨਾਂ ਨੇ ਕਿਹਾ ਸੀ ਜੁਆਇਨਿੰਗ ਨਹੀਂ ਹੋਊਗੀ, ਇਲੈਕਸ਼ਨ ਕਮਿਸ਼ਨ ਤੋਂ ਪਰਮਿਸ਼ਨ ਸੀਗੀ ਵੀ ਸਟੇਸ਼ਨ ਚੋਇਸ ਹੋ ਸਕਦੀ ਹੈ ਅਤੇ ਸਟੇਸ਼ਨ ਅਲੋਟਮੈਂਟ, ਉਹ ਦੇਖੋ ਸਟੇਸ਼ਨ ਚੋਇਸ ਇਹਨਾਂ ਨੇ ਕਰਵਾ ਲਈ, ਹਲੇ ਵੀ ਪੈਂਡਿੰਗ ਹੈ। ਦੇਖੋ ਕਿੱਡਾ ਲੰਬਾ ਪ੍ਰੋਸੀਜਰ ਸੀਗਾ, ਹੈ ਨਾ, ਅਤੇ ਜੇ ਕੰਮ ਪਹਿਲਾਂ ਹੀ ਉਹ ਕਰਵਾ ਲੈਂਦੇ ਡਿਪਾਰਟਮੈਂਟ ਆਪਦੇ ਥਰੂ ਤਾਂ ਕਿੰਨਾ ਜਲਦੀ ਆਪਣਾ ਕੰਮ ਹੋ ਜਾਣਾ ਸੀ, ਇੰਨਾ ਤਾਂ ਲੰਬਾ ਹੋਣਾ ਹੀ ਨਹੀਂ ਸੀਗਾ। ਬਾਕੀ ਰਹਿੰਦੀ ਗੱਲ ਜੁਆਇਨਿੰਗ ਦੀ, ਤਾਂ ਜੇ ਹੁਣ ਚੋਣ ਜਾਬਤਾ ਲੱਗਦਾ, ਮਤਲਬ ਆਪਣੀ ਜੁਆਇਨਿੰਗ ਹੋ ਜਾਵੇ, ਹੁਣ ਅਗਲੇ ਕਹਿਣਗੇ ਵੀ ਸਾਡਾ ਨੰਬਰ ਨਹੀਂ ਆਇਆ, ਜੁਆਇਨਿੰਗ ਹੋ ਗਈ, ਹੁਣ ਤਾਂ ਭਰਤੀਆਂ ਤਾਂ ਕੁਛ ਹੋਣਾ ਨਹੀਂ, ਇੱਦਾਂ ਦੀ ਗੱਲ ਨਹੀਂ ਹੈ, ਲਿਸਟਾਂ ਆ ਸਕਦੀਆਂ ਹੁੰਦੀਆਂ। ਅਤੇ ਬਾਕੀ ਹੁਣ ਅੱਗੇ ਤਾਂ ਹੈ, ਸਰਕਾਰ 'ਤੇ ਹੈ, ਡਿਪਾਰਟਮੈਂਟ 'ਤੇ ਹੈ, 99 ਕੋਰਟ ਕੇਸ ਹੁੰਦੇ ਹੁੰਦੇ, ਤੁਹਾਨੂੰ ਪਤਾ ਹੀ 18 ਅਤੇ 19 ਨਵੰਬਰ, ਦੋ ਦਿਨ ETTLS ਤਾਂ ਬਹੁਤ ਜ਼ਰੂਰੀ ਹੈ, ਬਹੁਤ ਮਤਲਬ ਕਿ ਮੈਂ ਕਹੂੰਗੀ ਇੰਪੋਰਟੈਂਟ ਨੇ ਇਹ ਦਿਨ, ਜਿਹੜੇ ਆ ਟੱਪਣੇ ਬਹੁਤ ਚੰਗੀ ਤਰ੍ਹਾਂ ਵਧੀਆ ਟੱਪ ਜਾਣ, ਖੁਸ਼ਹਾਲੇ ਟੱਪ ਜਾਣ, ਬਹੁਤ ਅੱਛੇ ਹੈ। 18 ਤਰੀਕ ਨੂੰ ਜੋ ਪੰਜਾਬੀ ਪੇਪਰ ਏ 'ਤੇ ਕੋਡ ਆਫ ਕੰਡਕਟ ਲੱਗਿਆ ਹੋਇਆ ਹੈ, ਜੋ COC ਲੱਗੀ ਹੋਈ ਹੈ, ਤਾਂ ਉਹ ਦੇਖੋ ਡਿਸਮਿਸ ਹੋ ਜਾਵੇ ਤਾਂ ਚੰਗਾ। ਬਾਕੀ ਕੱਲ੍ਹ ਕੀ ਫੈਸਲਾ ਆਉਂਦਾ ਉਹਦੇ 'ਤੇ ਵੀ ਮੈਂ ਤੁਹਾਨੂੰ ਨਾਲ ਦੀ ਨਾਲ ਹੀ ਜੋ ਹੈ ਮੈਂ ਤੁਹਾਨੂੰ ਅਪਡੇਟ ਦੇ ਦੂੰਗੀ, ਜੋ ਵੀ ਕੱਲ੍ਹ ਦੀ ਇਨਫੋਰਮੇਸ਼ਨ ਆਈ। 19 ਤਰੀਕ ਨੂੰ ਜਿਹੜਾ 23-64 ਦੇ ਮੈਟਰ 'ਤੇ ਹੈ, EWSL ਦਾ, ਉਹਦਾ ਵੀ ਮੈਟਰ ਜਿਹੜਾ ਹੈ ਜਲਦੀ ਤੋਂ ਜਲਦੀ ਸੋਲਵ ਹੋ ਜਾਵੇ, ਕਿ ਡਿਪਾਰਟਮੈਂਟ ਵਰਟੀਕਲ ਰਿਜ਼ਰਵੇਸ਼ਨ ਚਾਹੁੰਦਾ ਜਾਂ ਫਿਰ ਹੋਰੀਜ਼ੋਂਟਲ ਹੀ ਚਾਹੁੰਦਾ। ਅਗਰ ਹੋਰੀਜ਼ੋਂਟਲ ਚਾਹੁੰਦਾ ਤਾਂ ਫਿਰ ਸੁਪਰੀਮ ਕੋਰਟ ਵੱਲ ਗੱਲ ਜਾਊਗੀ, ਤਾਂ ਉਹ ਇੰਨਾ ਲੰਬਾ ਨਾ ਹੋਵੇ। ਮੈਂ ਕਹਿੰਦੀ ਹਾਂ ਕਿ 90% 92-93% ਚਾਂਸ ਹੈ ਕਿ ਡਿਪਾਰਟਮੈਂਟ ਜਿਹੜਾ ਹੈ ਵਰਟੀਕਲ ਰਿਜ਼ਰਵੇਸ਼ਨ ਰੱਖੇਗਾ, ਕਿਉਂਕਿ ਜੋ ਹੈ ਸਾਰੇ ਕਿਤੇ ਹੀ ਵਰਟੀਕਲ ਰਿਜ਼ਰਵੇਸ਼ਨ ਚੱਲ ਰਹੀ ਹੈ। ਹਾਂਜੀ, ਬੈਕਲੋਗ ਦਾ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ, ਸੈਕਿੰਡ ਲਿਸਟਾਂ, ਥਰਡ ਲਿਸਟਾਂ ਸਭ ਆਉਣਗੀਆਂ, ਅਤੇ ਉਸ ਅਕੋਰਡਿੰਗ ਤੁਹਾਡੀ ਕੱਟ ਆਫ 'ਤੇ ਵੀਡੀਓ ਵੀ ਜ਼ਰੂਰ ਬਣ ਜਾਏਗੀ। ਜਿਵੇਂ ਹੀ ਆਪਣੇ ਕੋਲ ਜੁਆਇਨਿੰਗ ਦਾ ਜਿਵੇਂ ਪ੍ਰੋਸੈਸ ਚੱਲਦਾ ਰਹੇ ਤਾਂ ਬਹੁਤ ਅੱਛੀ ਗੱਲ ਹੈ, ਬਸ ਪ੍ਰੋਸੈਸ ਰੁਕੇ ਨਾ। ਬਾਕੀ ਮੈਂ ਕਹੂੰਗੀ 23-24 ਦੀ ਜੁਆਇਨਿੰਗ ਪਹਿਲਾਂ ਹੋਏਗੀ, ਤੁਹਾਨੂੰ ਸਾਰਿਆਂ ਨੂੰ ਪਤਾ, ਕਿਉਂਕਿ ਉਹਨਾਂ ਦੀ ਸਟੇਸ਼ਨ ਅਲੋਟਮੈਂਟ ਵੀ ਆਪਾਂ ਨੂੰ ਦੇਖਣ ਨੂੰ ਮਿਲ ਸਕਦੀ 19 ਤੋਂ ਬਾਅਦ, ਅਤੇ ਉਸ ਤੋਂ ਬਾਅਦ ਹੀ ਆਪਣੀ ਵੀ ਸਟੇਸ਼ਨ 'ਚ ਅਲੋਟਮੈਂਟ ਦੇਖਣ ਨੂੰ ਮਿਲ ਸਕਦੀ ਹੈ। ਤਾਂ 23-24 ਦੀ ਜੁਆਇਨਿੰਗ ਪਹਿਲਾਂ ਹੋ ਜਾਏਗੀ ਅਤੇ ਆਪਣੀ ਥੋੜ੍ਹੇ ਟਾਈਮ ਬਾਅਦ ਹੋ ਜਾਏਗੀ। ਹੌਸਲਾ ਨਹੀਂ ਹਾਰਨਾ 23-24 ਵਾਲੇ ਸਾਰੇ ਸਾਥੀ, ਬਸ ਆਪਾਂ ਲੱਗਣਾ ਲੱਗੇ ਰਹਿਣਾ। ਇਹ ਸੋਚੋ ਵੀ ਅਸੀਂ ਤਾਂ ਲੱਗਣਾ ਹੀ ਹੁਣ ਲੱਗ ਚੁੱਕੇ ਹਾਂ, ਸਾਡੀ ਜੁਆਇਨਿੰਗ ਦੀ ਫਾਰਮੈਲਿਟੀ ਰਹਿ ਗਈ, ਤਾਂ ਬਸ ਕੋਈ ਕੋਰਟ ਵੱਲ ਨਾ ਭੱਜੇ, ਠੀਕ ਹੈ, ਕੋਈ ਵੀ ਕੁਛ ਵੀ ਨਾ ਹੋਵੇ, ਬਸ ਇਹੀ ਦੁਆ ਕਰੋ ਕਿ ਸਭ ਕੁਝ ਸਹੀ ਰਹੇ, ਪ੍ਰੋਸੈਸ ਚੱਲਦਾ ਰਹੇ, ਅਤੇ ਜਿਹੜੇ ਵੀ ਮਤਲਬ ਰਹਿੰਦੇ ਸਾਥੀ ਆਪਣੇ ਪਿੱਛੇ ਉਹ ਵੀ ਜਲਦੀ ਤੋਂ ਜਲਦੀ ਲੱਗਣ। ਸੋ ਦਿਸ ਇਜ਼ ਲਰਨ ਮਾਈਲ ਸਾਈਨਿੰਗ ਆਫ, ਥੈਂਕਸ ਫੋਰ ਵਾਚਿੰਗ।